ਐਨਆਰਆਈ ਟੀਵੀ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ। ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਵੱਡੇ ਸ਼ਹਿਰ ਬ੍ਰੈਂਡਨ 'ਚ ਭਿਆਨਕ ਅੱਗ ਲੱਗ ਜਾਣ ਕਾਰਨ ਲਗਭਗ 150 ਲੋਕਾਂ ਦੇ ਬੇਘਰ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਰੈੱਡ ਕ੍ਰਾਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲਗਭਗ 137 ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਚ ਸ਼ਰਨ ਦਿੱਤੀ ਗਈ ਹੈ। ਇਸ ਭਿਆਨਕ ਅੱਗ 'ਚ 3 ਵੱਡੀਆਂ ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਹਨ। ਇਹ ਅੱਗ ਪੈਸੀਫਿਕ ਐਵਨਿਊ ਦੇ 700 ਬਲੋਕ 'ਚ ਕ੍ਰਿਸਟੀ ਆਫਿਸ ਪਲੱਸ ਇਮਾਰਤ, ਮੈਸੀ ਮਨੋਹਰ ਅਤੇ ਕਾਲਜ ਸਟੋਰ ਨੂੰ ਤਬਾਹ ਕਰਦੀ ਹੋਈ ਅੱਗੇ ਵੱਲ ਵਧੀ। 3 ਇਮਾਰਤਾਂ ਦੇ ਬਰਬਾਦ ਹੋ ਜਾਣ ਕਾਰਨ ਇੱਥੇ ਰਹਿ ਰਹੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਘਟਨਾ ਵਿੱਚ ਚੰਗੀ ਗੱਲ ਇਹ ਰਹੀ ਕਿ ਇੱਥੇ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਮਾਰਤਾਂ ਬਰਬਾਦ ਹੋਣ ਕਾਰਨ ਇੱਥੇ ਆਰਥਿਕ ਨੁਕਸਾਨ ਵੱਡੇ ਪੱਧਰ 'ਤੇ ਹੋਇਆ ਹੈ। ਭਿਆਨਕ ਅੱਗ ਨੂੰ ਕਾਬੂ ਕਰਨ ਲਈ ਫਾਇਰ ਫਾਈਟਰਸ ਨੂੰ ਚੰਗੀ ਮੁਸ਼ਕਤ ਕਰਨੀ ਪਈ। ਜੇਕਰ ਫਾਇਰ ਫਾਈਟਰ ਅੱਗ ਨੂੰ ਸਮੇਂ ਸਿਰ ਕੰਟਰੋਲ ਨਾ ਕਰਦੇ ਤਾਂ ਇਹ ਹੋਰ ਇਲਾਕਿਆਂ ਵਿੱਚ ਵੀ ਫੈਲ ਸਕਦੀ ਸੀ। ਬ੍ਰੈਂਡਨ ਸ਼ਹਿਰ ਦੇ ਮੇਅਰ ਰਿਕ ਚੈਰਸ ਨੇ ਕਿਹਾ ਕਿ ਮੈਨੀ ਮਨੋਰ ਇਮਾਰਤ 'ਚ ਭਿਆਨਕ ਤਬਾਹੀ ਮੱਚ ਗਈ ਹੈ ਅਤੇ ਲੋਕ ਬੇਘਰ ਹੋ ਗਏ। ਉਹਨਾਂ ਨੇ ਇਸ ਘਟਨਾ 'ਤੇ ਹਮਦਰਦੀ ਵੀ ਪ੍ਰਗਟ ਕੀਤੀ ਹੈ ਅਤੇ ਲੋਕਾਂ ਦੀ ਪੂਰੀ ਸਹਾਇਤਾ ਕਰਨ ਦਾ ਵਚਨ ਵੀ ਦਿੱਤਾ ਹੈ। ਬਿਊਰੋ ਰਿਪੋਰਟ, ਦ ਐਨਆਰਆਈ ਟੀਵੀ।